ਠੀਕ ਹੈ ਤੁਹਾਨੂੰ ਮੇਲ ਵਿੱਚ ਇੱਕ ਸਕਰੂ ਡਰਾਇਵਰ ਅਤੇ ਤੁਹਾਡੇ ਕੈਮਰੇ ਲਈ ਇੱਕ ਨਵਾਂ SIM ਕਾਰਡ ਮਿਲਿਆ ਹੋਵੇਗਾ ਇਹ ਜ਼ਰੂਰੀ ਹੈ ਕਿ ਤੁਸੀਂ ਆਪਣਾ SIM ਕਾਰਡ ਸਵੈਪ ਕਰੋ ਕਿਉਂਕਿ 1 ਜਨਵਰੀ ਤੋਂ ਮੌਜੂਦਾ SIM ਕਾਰਡ ਪ੍ਰੋਵਾਈਡਰ ਹੁਣ ਪਹੁੰਚਣ ਯੋਗ ਨਹੀਂ ਰਹੇਗਾ ਨਾ ਕੰਮ ਕਰੇਗਾ ਅਤੇ ਤੁਹਾਡੇ ਕੋਲ ਡਾਟਾ ਤੱਕ ਪਹੁੰਚ ਨਹੀਂ ਹੋਵੇਗੀ ਤੁਹਾਡਾ SIM ਕਾਰਡ ਨੂੰ ਬਦਲਣਾ ਬਹੁਤ ਹੀ ਆਸਾਨ ਤਰੀਕਾ ਹੈ ਤੁਸੀਂ ਸਾਈਡ ਦਰਵਾਜ਼ੇ ਦਾ ਪਤਾ ਲਗਾਉਣਾ ਹੈ ਜਿਸ ਲਈ ਆਪਣਾ ਸਕਰੂ ਡਰਾਇਵਰ ਨੂੰ ਨਾਲ ਲਓ ਪੈਨਲ ਨੂੰ ਖੋਲੋ ਸਾਵਧਾਨ ਰਹੋ ਕਿ ਤੁਹਾਡਾ ਪੇਚ ਨਾ ਗਵਾਓ ਆਪਣਾ SIM ਕਾਰਡ ਲੱਭੋ ਇਹ ਚਿੱਟਾ ਕਾਰਡ ਹੈ SIM ਕਾਰਡ ਨੂੰ ਦਬਾਓ ਇਹ ਸਪ੍ਰਿੰਗ ਲੋਡਡ ਹੈ ਇਹ ਬਾਹਰ ਨਿਕਲਦਾ ਹੈ ਪਾਪ ਆਊਟ ਹੋਵੇਗਾ ਤੁਹਾਡੇ SIM ਕਾਰਡ ਨੂੰ ਹਟਾ ਦਿਓ ਇਸ ਨੂੰ ਆਪਣੇ ਨਵੇਂ SIM ਕਾਰਡ ਨਾਲ ਬਦਲੋ ਇਸ ਨੂੰ ਹੇਠਾ ਦਬਾਓ ਜਦੋਂ ਤੱਕ ਇਹ ਕਲਿੱਕ ਨਹੀਂ ਕਰਦਾ ਆਪਣਾ ਦਰਵਾਜ਼ਾ ਵਾਪਸ ਲਗਾਓ